ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣੇ ਨਾ ਕਰਹਿ ਵਿਚਾਰ, ਸਾਹੇ ਉਪਰ ਇਕ ਅੰਕਾਰ। ਜਿਸ ਗੁਰ ਮਿਲੇ ਸੋਈ ਬਿਦ ਜਾਣੈ, ਗੁਰਮਤ ਹੋਏ ਤਾਂ ਹੁਕਮ ਪਛਾਣੈ, ਸਾਹਾ ਗਣੇ ਨਾ ਕਰਹਿ ਵਿਚਾਰ, ਸਾਹੇ ਉਪਰ ਇਕ ਅੰਕਾਰ। ਜਿਸ ਗੁਰ ਮਿਲੇ ਸੋਈ ਬਿਦ ਜਾਣੈ, ਗੁਰਮਤ ਹੋਏ ਤਾਂ ਹੁਕਮ ਪਛਾਣੈ, ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹਉਮੈ ਜਾਏ ਸਬਦ ਕਰ ਲਈਐ। ਰਹਾਉ ਗਣ ਗਣ ਜੋਤਕ ਕਾਂਡੀ ਕੀਨੀ, ਪੜੇ ਸੁਣਾਵੇ ਤਤ ਨ ਚੀਨੀ, ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦਿਓ ਨਾ ਸਗਲੀ ਸ਼ਾਰ। ਨਾਵੈ ਧੋਵੈ ਪੂਜੈ ਸੈਲਾ, ਬਿਨ ਹਰ ਰਾਤੇ ਮੈਲੋ ਮੈਲਾ, ਗਰਭ ਨਿਵਾਰ ਮਿਲੇ ਪ੍ਰਭ ਸਾਰਥ, ਮੁਕਤ ਪ੍ਰਾਣ ਜਪ ਹਰ ਕਿਰਤਾਰਥ। ਵਾਚੇ ਵਾਦ ਨਾ ਵੇਦ ਵਿਚਾਰੇ, ਆਪ ਡੁੱਬੇ ਕਿਉ ਪਿਤਰਾਂ ਤਾਰੇ, ਘਟ ਘਟ ਬ੍ਰਹਮ ਚੀਨੇ ਜਨ ਕੋਏ, ਸਤਿਗੁਰ ਮਿਲੇ ਤਾਂ ਸੋਝੀ ਹੋਏ। ਗਣਤ ਗਣੀਏ ਸਹਿਸਾ ਦੁਖ ਜੀਐ, ਗੁਰ ਕੀ ਸਰਣ ਪਵੈ ਸੁਖ ਥੀਐ, ਕਰ ਅਪਰਾਧ ਸਰਣ ਹਮ ਆਇਆ, ਗੁਰ ਹਰ ਭੇਟੇ ਪੂਰਬ ਕਮਾਇਆ। ਗੁਰ ਸਰਣ ਨਾ ਆਈਏ ਬ੍ਰਹਮ ਨਾ ਪਾਈਏ, ਭਰਮ ਭੁਲਾਈਏ ਜਨਮ ਮਰ ਆਈਏ, ਜਮ ਦਰ ਬਾਧੋ ਮਰੇ ਬਿਕਾਰ, ਨਾ ਹਿਰਦੇ ਨਾਮ ਨਾ ਸ਼ਬਦ ਅਚਾਰ। ਇਕ ਪਾਧੇ ਪੰਡਿਤ ਮਿਸਰ ਕਹਾਵੇ, ਦੁਬਿਧਾ ਰਾਤੇ ਮਹਿਲ ਨਾ ਪਾਵੇ, ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੋਟ ਮਦੇ ਕੋ ਜਨ ਆਪਾਰ। ਏਕ ਬੁਰਾ ਭਲਾ ਸੱਚ ਏਕੈ, ਬੂਝ ਗਿਆਨੀ ਸਤਿਗੁਰ ਕੀ ਟੇਕੈ, ਗੁਰਮੁਖ ਵਿਰਲੀ ਏਕੋ ਜਾਣਿਆ, ਆਵਣ ਜਾਣਾ ਮੇਟ ਸਮਾਣਿਆ। ਜਿਨ ਕੈ ਹਿਰਦੇ ਏਕ ਅੰਕਾਰ, ਸਰਬ ਗੁਣੀ ਸਾਚਾ ਵਿਚਾਰ, ਗੁਰ ਕੈ ਭਾਣੇ ਕਰਮ ਕਮਾਵੇ, ਨਾਨਕ ਸਾਚੇ ਸਾਚ ਸਮਾਵੇ। ਜਿਨ ਕੈ ਹਿਰਦੇ ਏਕ ਅੰਕਾਰ, ਸਰਬ ਗੁਣੀ ਸਾਚਾ ਵਿਚਾਰ, ਗੁਰ ਕੈ ਭਾਣੇ ਕਰਮ ਕਮਾਵੇ, ਨਾਨਕ ਸਾਚੇ ਸਾਚ ਸਮਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਪਹਿਲਾ। ਹੇ ਪੰਡਿਤ, ਤੂੰ ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ ਸਭ ਲਗਨ ਮਹੂਰਤ ਗਿਣਦਾ ਹੈ, ਪਰ ਤੂੰ ਇਹ ਵਿਚਾਰ ਨਹੀਂ ਕਰਦਾ ਕਿ ਸ਼ੁਭ ਸਮਾਂ ਬਣਾਉਣ ਵਾਲਾ ਪਰਮਾਤਮਾ ਆਪ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਹ ਜਾਣਦਾ ਹੈ ਕਿ ਵਿਆਹ ਆਦਿਕ ਦਾ ਸਮਾਂ ਕਿਸ ਢੰਗ ਨਾਲ ਸ਼ੁਭ ਬਣ ਸਕਦਾ ਹੈ। ਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ, ਤਦੋਂ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮਹੂਰਤ ਦਾ ਮੂਲ ਹੈ। ਹੇ ਪੰਡਿਤ, ਆਪਣੀ ਆਜੀਵਿਕਾ ਦੀ ਖਾਤਰ ਜਜਮਾਨਾਂ ਨੂੰ ਪਤ ਆਉਣ ਵਾਲੇ ਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮਹੂਰਤ ਲੱਭਣ ਦਾ ਝੂਠ ਨਾ ਬੋਲ, ਸੱਚ ਬੋਲਣਾ ਚਾਹੀਦਾ ਹੈ। ਜਦੋਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਅੰਦਰ ਦੀ ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਉਹ ਘਰ ਲੱਭ ਪੈਂਦਾ ਹੈ। ਜਦੋਂ ਆਤਮਿਕ ਅਤੇ ਸੰਸਾਰਿਕ ਸਾਰੇ ਪਦਾਰਥ ਮਿਲਦੇ ਹਨ। ਰਹਾਉ, ਪੰਡਿਤ ਜੋਸ਼ੀ ਦੇ ਲੇਖੇ ਗਿਣ ਗਿਣ ਕੇ ਕਿਸੇ ਜਜਮਾਨ ਦੇ ਪੁੱਤਰ ਦੀ ਜਨਮ ਪੱਤਰੀ ਬਣਾਉਂਦਾ ਹੈ। ਜੋਸ਼ੀ ਦਾ ਹਿਸਾਬ ਆਪ ਪੜ੍ਹਦਾ ਹੈ ਅਤੇ ਜਜਮਾਨ ਨੂੰ ਸੁਣਾਉਂਦਾ ਹੈ, ਪਰ ਅਸਲੀਅਤ ਨੂੰ ਨਹੀਂ ਪਛਾਣਦਾ। ਸ਼ੁਭ ਮੁਹੂਰਤ ਆਦਿਕ ਦੀਆਂ ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ। ਮੈਂ ਗੁਰੂ ਦੇ ਸ਼ਬਦ ਦੇ ਟਾਕਰੇ ਅਤੇ ਸ਼ੁਭ ਮੁਹੂਰਤ ਅਤੇ ਜਨਮ ਪੱਤਰੀ ਆਦਿਕ ਦੀ ਕਿਸੇ ਹੋਰ ਗੱਲ ਦੀ ਪਰਵਾਹ ਨਹੀਂ ਕਰਦਾ। ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ। ਇਹ ਪੰਡਿਤ, ਤੂੰ ਤੀਰਥ ਆਦਿਕ ਤੇ ਇਸ਼ਨਾਨ ਕਰਦਾ ਹੈ, ਸਰੀਰ ਮਲ ਮਲ ਕੇ ਧੋਂਦਾ ਹੈ ਤੇ ਪੱਥਰ ਤੇ ਦੇਵੀ ਦੇਵਤੇ ਪੂਜਦਾ ਹੈ, ਪਰ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਣ ਤੋਂ ਬਿਨਾਂ ਮਨ ਵਿਕਾਰਾਂ ਨਾਲ ਸਦਾ ਮੈਲਾ ਹੀ ਰਹਿੰਦਾ ਹੈ। ਹੇ ਪੰਡਿਤ, ਜਿੰਦ ਨੂੰ ਵਿਕਾਰਾਂ ਤੋਂ ਖਲਾਸੀ ਦਿਵਾਉਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਨਾਮ ਜਪ ਕੇ ਅਹੰਕਾਰ ਦੂਰ ਕੀਤਿਆਂ ਜੀਵਨ ਰਥ ਦਾ ਰਥਵਾਹੀ ਪ੍ਰਭੂ ਮਿਲ ਪੈਂਦਾ ਹੈ। ਪੰਡਿਤ ਵੇਦ ਆਦਿਕ ਧਾਰਮਿਕ ਪੁਸਤਕਾਂ ਨੂੰ ਜੀਵਨ ਦੀ ਗਵਾਹੀ ਵਾਸਤੇ ਨਹੀਂ ਵਿਚਾਰਦਾ, ਅਰਥ ਤੇ ਕਰਮ ਕਾਂਡ ਆਦਿਕ ਦੀ ਬਹਿਸ ਨੂੰ ਹੀ ਪੜ੍ਹਦਾ ਹੈ। ਇਸ ਤਰ੍ਹਾਂ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਵਿੱਚ ਡੁੱਬਦਾ ਰਹਿੰਦਾ ਹੈ। ਜਿਹੜਾ ਮਨੁੱਖ ਆਪ ਡੁੱਬਿਆ ਰਹੇ, ਉਹ ਆਪਣੇ ਬੀਜ ਚੁੱਕੇ ਬਜ਼ੁਰਗਾਂ ਨੂੰ ਸੰਸਾਰ ਸਮੁੰਦਰ ਵਿੱਚੋਂ ਕਿਵੇਂ ਪਾਰ ਲੰਘਾ ਸਕਦਾ ਹੈ? ਕੋਈ ਬਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਇੱਕ ਸਰੀਰ ਵਿੱਚ ਮੌਜੂਦ ਹੈ। ਜਿਸ ਮਨੁੱਖ ਨੂੰ ਗੁਰ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ। ਜਿਉਂ ਜਿਉਂ ਸ਼ੁਭ ਅਸ਼ੁਭ ਮਹੂਰਤ ਦੇ ਲਿਖੇ ਗਿਣਦੇ ਰਹੀਏ, ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ। ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਸ ਨੂੰ ਆਤਮਿਕ ਆਨੰਦ ਮਿਲਦਾ ਹੈ। ਪਾਪ ਅਪਰਾਧ ਕਰਕੇ ਵੀ ਜਦੋਂ ਅਸੀਂ ਪਰਮਾਤਮਾ ਦੀ ਸ਼ਰਨ ਆਉਂਦੇ ਹਾਂ, ਤਾਂ ਪਰਮਾਤਮਾ ਸਾਡੇ ਪੂਰਵਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦਿੰਦਾ ਹੈ ਅਤੇ ਗੁਰੂ ਦੀ ਸਹੀ ਜੀਵਨ ਰਾਹ ਵਿਖਾਉਂਦਾ ਹੈ। ਜਦੋਂ ਤੱਕ ਗੁਰੂ ਦੀ ਸ਼ਰਨ ਨਾ ਆਈਏ, ਤਦ ਤੱਕ ਪਰਮਾਤਮਾ ਨਹੀਂ ਮਿਲਦਾ। ਭਟਕਣਾ ਹੀ ਕੁਰਾਹ ਹੀ ਪੈ ਕੇ ਆਤਮਿਕ ਮੌਸ ਹੇੜ ਕੇ ਮੁੜ ਮੁੜ ਜਨਮ ਵਿੱਚ ਆਉਂਦੇ ਰਹੀਦਾ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਜੀਵ ਜੰਮ ਦੇ ਦਰ ਤੇ ਵੱਧਾ ਹੋਇਆ ਵਿਅਰਥ ਹੀ ਆਤਮਿਕ ਮੌਤ ਮਰਦਾ ਹੈ। ਉਸ ਦੇ ਹਿਰਦੇ ਵਿੱਚ ਨਾ ਪ੍ਰਭੂ ਦਾ ਨਾਮ ਵੱਸਦਾ ਹੈ, ਨਾ ਗੁਰੂ ਦਾ ਸ਼ਬਦ ਵੱਸਦਾ ਹੈ, ਨਾ ਹੀ ਚੰਗਾ ਆਚਰਣ ਬਣਦਾ ਹੈ। ਅਨੇਕਾਂ ਕੁਲੀਨ ਅਤੇ ਵਿਦਵਾਨ ਬ੍ਰਾਹਮਣ ਆਪਣੇ ਆਪ ਨੂੰ ਪਾਂਡੇ ਪੰਡਿਤ ਮਿਸਰ ਘੁਮਾਉਂਦੇ ਹਨ, ਪਰ ਪਰਮਾਤਮਾ ਤੋਂ ਬਿਨਾਂ ਹੋਰ ਹੋਰ ਆਸਰੇ ਦੀ ਝਾਕ ਵਿੱਚ ਗਲਤਾਨ ਰਹਿੰਦੇ ਹਨ। ਪਰਮਾਤਮਾ ਦਾ ਦਰ ਘਰ ਨਹੀਂ ਲੱਭ ਸਕਦੇ। ਕਰੋੜਾਂ ਵਿੱਚੋਂ ਕੋਈ ਇੱਕ ਬੰਦਾ ਹੀ ਅਦੁੱਤੀ ਹੈ ਜਿਸ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਗਿਆ ਹੈ। ਹੇ ਪੰਡਿਤ, ਜੇ ਤੂੰ ਗਿਆਨਵਾਨ ਬਣਨਾ ਹੈ ਤਾਂ ਗੁਰੂ ਦਾ ਆਸਰਾ ਪਰਨਾ ਲੈ ਕੇ ਇਹ ਗੱਲ ਸਮਝ ਲੈ, ਜਗਤ ਵਿੱਚ ਚਾਹੇ ਕੋਈ ਭਲਾ ਹੈ ਚਾਹੇ ਬੁਰਾ ਹੈ, ਹਰੇਕ ਵੀ ਸਦਾ ਸਿਰ ਪ੍ਰਭੂ ਦੀ ਹੀ ਮੌਜੂਦ ਹੈ।
ਉਹਨਾਂ ਵਿਰਲੇ ਬੰਦਿਆਂ ਨੇ ਹਰੇਕ ਥਾਂ ਪਰਮਾਤਮਾ ਨੂੰ ਹੀ ਵਿਆਪਕ ਸਮਝਿਆ ਹੈ ਜਿਹੜੇ ਗੁਰੂ ਦੀ ਸ਼ਰਨ ਪਏ ਹਨ। ਉਹ ਗੁਰੂ ਸ਼ਰਨ ਦੀ ਬਰਕਤ ਨਾਲ ਉਹ ਆਪਣਾ ਜਨਮ ਮਰਨ ਮਿਟਾ ਕੇ ਪ੍ਰਭੂ ਚਰਨਾਂ ਵਿੱਚ ਨੀਰ ਰਹਿੰਦੇ ਹਨ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਵੱਸਦਾ ਹੈ, ਸਾਰੇ ਜੀਵਾਂ ਦਾ ਮਾਲਕ ਸਦਾ ਸਿਰ ਪ੍ਰਭੂ, ਉਹਨਾਂ ਦੀ ਸੁਰਤ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ। ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੀ ਰਜ਼ਾ ਵਿੱਚ ਤੁਰ ਕੇ ਆਪਣੇ ਸਾਰੇ ਕੰਮ ਕਰਦਾ ਅਤੇ ਸ਼ੁਭ ਅਸ਼ੁਭ ਮਹੂਰਤਾਂ ਦੇ ਭਰਮ ਵਿੱਚ ਨਹੀਂ ਪੈਂਦਾ, ਉਹ ਸਦਾ ਸਥਿਰ ਪਰਮਾਤਮਾ ਵਿੱਚ ਨਹੀਂ ਰਹਿੰਦਾ ਹੈ ਅਤੇ ਉਸਨੂੰ ਆਤਮਿਕ ਅਤੇ ਸੰਸਾਰਕ ਪਦਾਰਥ ਉਸ ਦਾ ਤੋਂ ਮਿਲਦੇ ਰਹਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।